ਤੋਂ ਜਦੋਂ ਸ਼ੰਭੂ ਬੈਰੀਅਲ ਤੋਂ ਅੱਗੇ ਨੂੰ ਕੂਚ ਕੀਤਾ ਦਿੱਲੀ ਨੂੰ, ਅਤੇ ਧੁੰਦ ਪੈ ਰਹੀ, ਅੱਜ ਕੱਲ੍ਹ ਰਿਫਲੈਕਟਰ ਲਾਉਣੇ ਸੀ, ਅਸੀਂ ਫਿਰ ਟਰੈਕਟਰਾਂ ਟਰਾਲੀਆਂ ਦੇ ਪਿੱਛੇ ਰਿਫਲੈਕਟਰ ਵਗੈਰਾ ਲਗਾ ਦਿੱਤੇ ਗਏ। ਅੱਗੇ ਗਏ ਹਾਂ ਅਤੇ ਉੱਥੇ ਜਿਹੜੇ ਬਾਰਡਰ 'ਤੇ ਸਾਰੇ ਪਹੁੰਚ ਗਏ, ਫਿਰ ਮਹਿਸੂਸ ਕੀਤਾ ਗਿਆ ਕਿ ਠੰਡ ਕਾਫੀ ਹੋ ਗਈ ਹੈ ਉੱਥੇ, ਬੱਚੇ ਬਜ਼ੁਰਗ ਸਾਰੇ ਸੀ ਉੱਥੇ, ਉਹਨਾਂ ਲਈ ਫਿਰ ਬਲੈਂਕਟਸ ਦੀ ਲੋੜ ਪਈ, ਸੌਕਸ ਦੀ ਲੋੜ ਪਈ, ਜੈਕਟਸ ਚਾਹੀਦੀਆਂ ਸੀ, ਈਵਨ ਜਿਹੜੀਆਂ ਚੱਪਲਾਂ ਹੈਗੀਆਂ ਨੇ, ਜਿਹੜੀਆਂ ਸਲੀਪਰ ਹੈਗੇ, ਅਸੀਂ 15,000 ਦੇ ਕਰੀਬ ਸਲੀਪਰ ਜਿਹੜੇ ਉੱਥੇ ਦਿੱਤੇ ਗਏ ਵੀ ਤਾਂ ਜੋ ਜਿਸਨੇ ਜੰਗਲ ਪਾਣੀ ਜਾਣਾ ਉਹ ਸਲੀਪਰ ਲੈ ਕੇ ਜਾਵੇ। ਟਾਵਲਸ ਦੀ ਲੋੜ ਪੈ ਗਈ, ਫਿਰ ਟਾਵਲਸ ਕੀਤਾ। ਇਹ ਸਾਰੀਆਂ ਜਿਹੜੀਆਂ ਡੇਲੀ ਬੇਸ 'ਤੇ ਜਿਹੜੇ ਸੀਗੀਆਂ ਰਿਕੁਆਇਰਮੈਂਟ ਸੀ, ਅਸੀਂ ਇਹਨਾਂ ਨੂੰ ਸਾਰਿਆਂ ਨੂੰ ਪੂਰਾ ਕੀਤਾ। ਫਿਰ ਆ ਗਏ ਜਿਸ ਤਰ੍ਹਾਂ ਲੋਕ ਬਿਮਾਰ ਹੋਣੇ ਸ਼ੁਰੂ ਹੋ ਗਏ ਸੀ ਅਤੇ ਮੈਡੀਸਨ ਦੀ ਲੋੜ ਸੀ, ਅਸੀਂ ਉਹ ਮੈਡੀਸਨ ਦਾ ਵੀ ਕੀਤਾ, ਈਵਨ ਐਂਬੂਲੈਂਸਿਸ ਵੀ ਗਈਆਂ। ਇਹ ਸਾਰਾ ਕੁਝ ਬੜਾ ਡੇਲੀ ਬੇਸਿਸ 'ਤੇ ਚੱਲ ਰਿਹਾ ਸੀ। ਕੁਝ ਚੀਜ਼ਾਂ ਜਦੋਂ ਮੈਂ ਉੱਥੇ ਆਪ ਵਿਜ਼ਿਟ ਕੀਤੀ, ਆਪਾਂ ਦੇਖਿਆ ਸਾਡੇ ਮੈਂਬਰ ਉੱਥੇ ਗਏ ਤਾਂ ਸਾਨੂੰ ਇੰਨਾ ਕੁ ਮਹਿਸੂਸ ਹੋਇਆ ਕਿ ਸਫਾਈ ਪੂਰੀ ਨਹੀਂ ਹੋ ਰਹੀ, ਸਫਾਈ ਬਹੁਤ ਜ਼ਰੂਰੀ ਹੈ, ਨਹੀਂ ਤਾਂ ਬਿਮਾਰੀ ਦਾ ਘਰ ਬਣ ਜਾਏਗਾ, ਇਸ ਲਈ ਮੱਛਰ ਪੈਦਾ ਹੋ ਗਿਆ ਉੱਥੇ। ਉਹਦੇ ਵਾਸਤੇ ਅਸੀਂ ਪੁੱਛਿਆ ਕਿਸਾਨਾਂ ਨੂੰ ਅਤੇ ਉਹ ਕਹਿੰਦੇ ਜੀ ਸਾਨੂੰ ਝਾੜੂ ਮਿਲ ਜਾਣ ਤਾਂ ਅਸੀਂ ਸਫਾਈ ਆਪ ਹੀ ਆਲਾ ਦੁਆਲਾ ਸਾਫ਼ ਕਰ ਲਾਂਗੇ। ਸੋ ਅੱਜ ਜਿਹੜੀ ਖੇਪ ਸਾਡੀ ਜਾ ਰਹੀ ਹੈ, ਇਹ 'ਚ 2000 ਸਾਡਾ ਜਿਹੜਾ ਝਾੜੂ ਹੈਗਾ ਜਿਹੜਾ ਵੱਡਾ ਉਹ ਜਾ ਰਿਹਾ। ਉਸ ਤੋਂ ਇਲਾਵਾ ਪਾਣੀ ਜਿਹੜਾ ਹੈਗਾ ਸਾਡਾ ਉਹ ਬਾਰਡਰਾਂ 'ਤੇ, ਇੱਧਰ ਦੇਖੋ ਜਿਹੜਾ ਸਿੰਘੂ ਬਾਰਡਰ ਹੈ, ਇੱਥੇ ਤਾਂ ਕਾਫੀ ਜਿਹੜਾ ਤਿੱਕਰੀ ਬਾਰਡਰ ਹੈ, ਉੱਥੇ ਜਿਹੜਾ ਸਾਡੇ ਕੋਲ ਪਾਣੀ ਜਿਹੜਾ ਉੱਥੇ ਕਮੀ ਪਾਣੀ ਦੀ ਮਹਿਸੂਸ ਹੋ ਰਹੀ ਸੀ, ਉਹਨਾਂ ਦੀ ਰਿਕੁਆਇਰਮੈਂਟ ਸੀਗੀ। ਸੋ ਉੱਥੇ ਅਸੀਂ ਅੱਜ ਤਕਰੀਬਨ 1.5 ਲੱਖ ਦੇ ਕਰੀਬ ਜਿਹੜੀ ਹੈ ਉਹ ਬੋਟਲ ਹੈਗੀ ਪਾਣੀ ਦੀ, ਸੋ ਉਹ ਅਸੀਂ ਭੇਜ ਰਹੇ ਹਾਂ। ਇਸ ਤੋਂ ਇਲਾਵਾ ਸਾਨੂੰ ਇੱਕ ਹੋਰ ਰਿਕੁਆਇਰਮੈਂਟ ਸੀ ਕਿ ਜਿਹੜੀਆਂ ਹੁਣ ਜਿੱਥੇ ਕਿਸਾਨ ਭਰਾ ਗਏ ਸੀ ਜਾਂ ਹੋਰ ਸਾਰੇ ਵਰਗ ਦੇ ਬੰਦੇ, ਚਾਹੇ ਉਹ ਸਰਵਿਸ ਵਾਲੇ ਬੰਦੇ ਨੇ ਚਾਹੇ ਬਿਜ਼ਨਸਮੈਨ ਆ, ਉਹ ਵੀ ਦਿੱਲੀ ਵੱਲ ਨੂੰ ਕੂਚ ਕਰ ਰਹੇ ਸੀ ਕਿ ਅਸੀਂ ਵੀ ਜਾ ਕੇ ਆਪਣਾ ਹਿੱਸਾ ਪਾਈਏ, ਇੱਕ ਵਾਰੀ ਦਿੱਲੀ ਜਾ ਕੇ ਆਈਏ ਅਤੇ ਕਿਸਾਨ ਭਰਾਵਾਂ ਨੂੰ ਹੌਸਲਾ ਦਈਏ। ਲੇਡੀਜ਼ ਜਾ ਰਹੀਆਂ ਨੇ, ਉਸ ਵਾਸਤੇ ਸੀ ਕਿ 500 ਲੇਡੀ ਦਾ ਜਿਹੜਾ ਉੱਥੇ ਉਹਨਾਂ ਨੂੰ ਟੈਂਟ 'ਤੇ ਚਾਹੀਦੇ ਸੀ, ਅਕੋਮੋਡੇਸ਼ਨ ਚਾਹੀਦੀ ਸੀ। ਸੋ ਅੱਜ ਅਸੀਂ ਜਿਹੜੇ ਟੈਂਟਾਂ ਦਾ ਇੰਤਜ਼ਾਮ ਕਰਕੇ, ਇੱਕ ਤਾਂ ਸਿੰਘੂ ਬਾਰਡਰ 'ਤੇ ਉੱਤੇ 500 ਲੇਡੀਜ਼ ਦਾ ਇੰਤਜ਼ਾਮ ਅਤੇ ਤਿਗੜੀ ਬਾਰਡਰ 'ਤੇ 500 ਦਾ ਇੰਤਜ਼ਾਮ, ਸੋ ਇਹ ਵੀ ਸਾਰਾ ਕਰਕੇ ਜਿਹੜਾ ਅਸੀਂ ਟੈਂਟ 2-4 ਦਿਨਾਂ 'ਚ ਸਾਡੇ ਟੈਂਟ ਨੇ ਇਹ ਵੀ ਉੱਥੇ ਲੱਗ ਜਾਣਗੇ। ਇਸ ਤੋਂ ਇਲਾਵਾ ਫਿਰ ਜਦੋਂ ਕੋਈ ਲੋੜ ਪੈਂਦੀ ਹੈ, ਕਿਸੇ ਕਿਸਮ ਦੀ ਜ਼ਰੂਰਤ ਹੁੰਦੀ ਹੈ, ਅਸੀਂ ਨਾਲ ਨਾਲ ਪੂਰੀ ਕਰਾਂਗੇ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਘੋੜਿਆਂ ਦੀ ਖੁਰਾਕ ਬਹੁਤ ਜ਼ਰੂਰੀ ਸੀ, ਅਸੀਂ 50 ਕੁਇੰਟਲ ਜਿਹੜੀ ਖੁਰਾਕ ਉੱਥੇ ਰੱਖੀ ਹੋਈ ਹੈ, ਹਾਲਾਂਕਿ 13-14 ਕੁਇੰਟਲ ਹੁਣ ਤੱਕ ਲੱਗੀ ਹੈ, ਲੇਕਿਨ ਇਹ ਵੀ ਅਸੀਂ ਮੁੱਕਣ ਨਹੀਂ ਦਾਂਗੇ ਕਿਉਂਕਿ ਪਹਿਲਾਂ ਘੋੜਿਆਂ ਦੀ ਗਿਣਤੀ ਘਰ ਸੀ। ਨਿਹੰਗ ਸਿੰਘਾਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਕਿ ਜਿਨ੍ਹਾਂ ਨੇ ਜਾ ਕੇ ਕਿਸਾਨਾਂ ਦੇ ਨਾਲ ਪੂਰਾ ਮੋਢਿਆਂ ਨਾਲ ਮੋਢਾ ਲਾ ਕੇ ਉੱਥੇ ਬੈਠ ਗਏ ਨੇ, ਉਹਨਾਂ ਦੀ ਪੂਰੀ ਹੈਲਪ ਕਰ ਰਹੇ ਨੇ ਹਰ ਪਾਸੋਂ, ਅਤੇ ਹੁਣ ਅੱਗੇ ਹਜ਼ਾਰਾਂ ਦੀ ਗਿਣਤੀ 'ਚ ਘੋੜੇ ਹੋਰ ਆਉਣੇ ਨੇ, ਅਤੇ ਮੈਨੂੰ ਉਹਨਾਂ ਨੇ ਇਹ ਕਹਿ ਰਹੇ ਸੀ ਕਿ ਸੈਂਕੜੇ ਘੋੜੇ ਸੀ ਅਤੇ ਹੋ ਗਿਆ, ਹੁਣ ਅੱਗੇ ਹਜ਼ਾਰਾਂ ਘੋੜੇ ਹੋਰ ਆਉਣੇ, ਅਤੇ ਮੈਂ ਇਹੀ ਕਹਿਣਾ ਸੀ ਮੇਰਾ ਕਿ ਨਾ ਅਸੀਂ ਉਹਨਾਂ ਦਾ ਰਾਸ਼ਨ ਮੁੱਕਣ ਦਾ ਘੋੜਿਆਂ ਦਾ, ਅਤੇ ਨਾ ਹੀ ਤੁਹਾਨੂੰ ਬਾਕੀਆਂ ਦਾ ਮੁੱਕਣ ਦੇਵਾਂਗੇ। ਇਹ ਸਾਰਾ ਜੋ ਵੀ ਸੇਵਾ ਹੋਏਗੀ ਇਹ ਸਰਬ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਨਿਭਾਈ ਜਾਏਗੀ। ਲੇਡੀਜ਼ ਜਾ ਰਹੀਆਂ ਨੇ, ਉਸ ਵਾਸਤੇ ਸੀ ਕਿ 500 ਲੇਡੀ ਦਾ ਜਿਹੜਾ ਉੱਥੇ ਉਹਨਾਂ ਨੂੰ ਟੈਂਟ 'ਤੇ ਚਾਹੀਦੇ ਸੀ, ਅਕੋਮੋਡੇਸ਼ਨ ਚਾਹੀਦੀ ਸੀ। ਸੋ ਅੱਜ ਅਸੀਂ ਜਿਹੜੇ ਟੈਂਟਾਂ ਦਾ ਇੰਤਜ਼ਾਮ ਕਰਕੇ, ਇੱਕ ਤਾਂ ਸਿੰਘੂ ਬਾਰਡਰ 'ਤੇ ਉੱਤੇ 500 ਲੇਡੀਜ਼ ਦਾ ਇੰਤਜ਼ਾਮ ਅਤੇ ਤਿਗੜੀ ਬਾਰਡਰ 'ਤੇ 500 ਦਾ ਇੰਤਜ਼ਾਮ, ਸੋ ਇਹ ਵੀ ਸਾਰਾ ਕਰਕੇ ਜਿਹੜਾ ਅਸੀਂ ਟੈਂਟ 2-4 ਦਿਨਾਂ 'ਚ ਸਾਡੇ ਟੈਂਟ ਨੇ ਇਹ ਵੀ ਉੱਥੇ ਲੱਗ ਜਾਣਗੇ। ਇਸ ਤੋਂ ਇਲਾਵਾ ਫਿਰ ਜਦੋਂ ਕੋਈ ਲੋੜ ਪੈਂਦੀ ਹੈ, ਕਿਸੇ ਕਿਸਮ ਦੀ ਜ਼ਰੂਰਤ ਹੁੰਦੀ ਹੈ, ਅਸੀਂ ਨਾਲ ਨਾਲ ਪੂਰੀ ਕਰਾਂਗੇ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਘੋੜਿਆਂ ਦੀ ਖੁਰਾਕ ਬਹੁਤ ਜ਼ਰੂਰੀ ਸੀ, ਅਸੀਂ 50 ਕੁਇੰਟਲ ਜਿਹੜੀ ਖੁਰਾਕ ਉੱਥੇ ਰੱਖੀ ਹੋਈ ਹੈ, ਹਾਲਾਂਕਿ 13-14 ਕੁਇੰਟਲ ਹੁਣ ਤੱਕ ਲੱਗੀ ਹੈ, ਲੇਕਿਨ ਇਹ ਵੀ ਅਸੀਂ ਮੁੱਕਣ ਨਹੀਂ ਦਾਂਗੇ ਕਿਉਂਕਿ ਪਹਿਲਾਂ ਘੋੜਿਆਂ ਦੀ ਗਿਣਤੀ ਘਰ ਸੀ। ਨਿਹੰਗ ਸਿੰਘਾਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਕਿ ਜਿਨ੍ਹਾਂ ਨੇ ਜਾ ਕੇ ਕਿਸਾਨਾਂ ਦੇ ਨਾਲ ਪੂਰਾ ਮੋਢਿਆਂ ਨਾਲ ਮੋਢਾ ਲਾ ਕੇ ਉੱਥੇ ਬੈਠ ਗਏ ਨੇ, ਉਹਨਾਂ ਦੀ ਪੂਰੀ ਹੈਲਪ ਕਰ ਰਹੇ ਨੇ ਹਰ ਪਾਸੋਂ, ਅਤੇ ਹੁਣ ਅੱਗੇ ਹਜ਼ਾਰਾਂ ਦੀ ਗਿਣਤੀ 'ਚ ਘੋੜੇ ਹੋਰ ਆਉਣੇ ਨੇ, ਅਤੇ ਮੈਨੂੰ ਉਹਨਾਂ ਨੇ ਇਹ ਕਹਿ ਰਹੇ ਸੀ ਕਿ ਸੈਂਕੜੇ ਘੋੜੇ ਸੀ ਅਤੇ ਹੋ ਗਿਆ, ਹੁਣ ਅੱਗੇ ਹਜ਼ਾਰਾਂ ਘੋੜੇ ਹੋਰ ਆਉਣੇ, ਅਤੇ ਮੈਂ ਇਹੀ ਕਹਿਣਾ ਸੀ ਮੇਰਾ ਕਿ ਨਾ ਅਸੀਂ ਉਹਨਾਂ ਦਾ ਰਾਸ਼ਨ ਮੁੱਕਣ ਦਾ ਘੋੜਿਆਂ ਦਾ, ਅਤੇ ਨਾ ਹੀ ਤੁਹਾਨੂੰ ਬਾਕੀਆਂ ਦਾ ਮੁੱਕਣ ਦੇਵਾਂਗੇ। ਇਹ ਸਾਰਾ ਜੋ ਵੀ ਸੇਵਾ ਹੋਏਗੀ ਇਹ ਸਰਬ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਨਿਭਾਈ ਜਾਏਗੀ। ਸੋ ਜਦੋਂ ਸ਼ੰਭੂ ਬੈਰੀਅਲ ਤੋਂ ਅੱਗੇ ਨੂੰ ਕੂਚ ਕੀਤਾ ਦਿੱਲੀ ਨੂੰ, ਅਤੇ ਧੁੰਦ ਪੈ ਰਹੀ, ਅੱਜ ਕੱਲ੍ਹ ਰਿਫਲੈਕਟਰ ਲਾਉਣੇ ਸੀ, ਅਸੀਂ ਫਿਰ ਟਰੈਕਟਰਾਂ ਟਰਾਲੀਆਂ ਦੇ ਪਿੱਛੇ ਰਿਫਲੈਕਟਰ ਵਗੈਰਾ ਲਗਾ ਦਿੱਤੇ ਗਏ। ਅੱਗੇ ਗਏ ਹਾਂ ਅਤੇ ਉੱਥੇ ਜਿਹੜੇ ਬਾਰਡਰ 'ਤੇ ਸਾਰੇ ਪਹੁੰਚ ਗਏ, ਫਿਰ ਮਹਿਸੂਸ ਕੀਤਾ ਗਿਆ ਕਿ ਠੰਡ ਕਾਫੀ ਹੋ ਗਈ ਹੈ ਉੱਥੇ, ਬੱਚੇ ਬਜ਼ੁਰਗ ਸਾਰੇ ਸੀ ਉੱਥੇ, ਉਹਨਾਂ ਲਈ ਫਿਰ ਬਲੈਂਕਟਸ ਦੀ ਲੋੜ ਪਈ, ਸੌਕਸ ਦੀ ਲੋੜ ਪਈ, ਜੈਕਟਸ ਚਾਹੀਦੀਆਂ ਸੀ, ਈਵਨ ਜਿਹੜੀਆਂ ਚੱਪਲਾਂ ਹੈਗੀਆਂ ਨੇ, ਜਿਹੜੀਆਂ ਸਲੀਪਰ ਹੈਗੇ, ਅਸੀਂ 15,000 ਦੇ ਕਰੀਬ ਸਲੀਪਰ ਜਿਹੜੇ ਉੱਥੇ ਦਿੱਤੇ ਗਏ ਵੀ ਤਾਂ ਜੋ ਜਿਸਨੇ ਜੰਗਲ ਪਾਣੀ ਜਾਣਾ ਉਹ ਸਲੀਪਰ ਲੈ ਕੇ ਜਾਵੇ। ਟਾਵਲਸ ਦੀ ਲੋੜ ਪੈ ਗਈ, ਫਿਰ ਟਾਵਲਸ ਕੀਤਾ। ਇਹ ਸਾਰੀਆਂ ਜਿਹੜੀਆਂ ਡੇਲੀ ਬੇਸ 'ਤੇ ਜਿਹੜੇ ਸੀਗੀਆਂ ਰਿਕੁਆਇਰਮੈਂਟ ਸੀ, ਅਸੀਂ ਇਹਨਾਂ ਨੂੰ ਸਾਰਿਆਂ ਨੂੰ ਪੂਰਾ ਕੀਤਾ। ਫਿਰ ਆ ਗਏ ਜਿਸ ਤਰ੍ਹਾਂ ਲੋਕ ਬਿਮਾਰ ਹੋਣੇ ਸ਼ੁਰੂ ਹੋ ਗਏ ਸੀ ਅਤੇ ਮੈਡੀਸਨ ਦੀ ਲੋੜ ਸੀ, ਅਸੀਂ ਉਹ ਮੈਡੀਸਨ ਦਾ ਵੀ ਕੀਤਾ, ਈਵਨ ਐਂਬੂਲੈਂਸਿਸ ਵੀ ਗਈਆਂ। ਇਹ ਸਾਰਾ ਕੁਝ ਬੜਾ ਡੇਲੀ ਬੇਸਿਸ 'ਤੇ ਚੱਲ ਰਿਹਾ ਸੀ। ਕੁਝ ਚੀਜ਼ਾਂ ਜਦੋਂ ਮੈਂ ਉੱਥੇ ਆਪ ਵਿਜ਼ਿਟ ਕੀਤੀ, ਆਪਾਂ ਦੇਖਿਆ ਸਾਡੇ ਮੈਂਬਰ ਉੱਥੇ ਗਏ ਤਾਂ ਸਾਨੂੰ ਇੰਨਾ ਕੁ ਮਹਿਸੂਸ ਹੋਇਆ ਕਿ ਸਫਾਈ ਪੂਰੀ ਨਹੀਂ ਹੋ ਰਹੀ, ਸਫਾਈ ਬਹੁਤ ਜ਼ਰੂਰੀ ਹੈ, ਨਹੀਂ ਤਾਂ ਬਿਮਾਰੀ ਦਾ ਘਰ ਬਣ ਜਾਏਗਾ, ਇਸ ਲਈ ਮੱਛਰ ਪੈਦਾ ਹੋ ਗਿਆ ਉੱਥੇ।
ਕਮੀ ਪਾਣੀ ਦੀ ਮਹਿਸੂਸ ਹੋ ਰਹੀ ਸੀ, ਉਹਨਾਂ ਦੀ ਰਿਕੁਆਇਰਮੈਂਟ ਸੀਗੀ। ਸੋ ਉੱਥੇ ਅਸੀਂ ਅੱਜ ਤਕਰੀਬਨ 1.5 ਲੱਖ ਦੇ ਕਰੀਬ ਜਿਹੜੀ ਹੈ ਉਹ ਬੋਟਲ ਹੈਗੀ ਪਾਣੀ ਦੀ, ਸੋ ਉਹ ਅਸੀਂ ਭੇਜ ਰਹੇ ਹਾਂ। ਇਸ ਤੋਂ ਇਲਾਵਾ ਸਾਨੂੰ ਇੱਕ ਹੋਰ ਰਿਕੁਆਇਰਮੈਂਟ ਸੀ ਕਿ ਜਿਹੜੀਆਂ ਹੁਣ ਜਿੱਥੇ ਕਿਸਾਨ ਭਰਾ ਗਏ ਸੀ ਜਾਂ ਹੋਰ ਸਾਰੇ ਵਰਗ ਦੇ ਬੰਦੇ, ਚਾਹੇ ਉਹ ਸਰਵਿਸ ਵਾਲੇ ਬੰਦੇ ਨੇ ਚਾਹੇ ਬਿਜ਼ਨਸਮੈਨ ਆ, ਉਹ ਵੀ ਦਿੱਲੀ ਵੱਲ ਨੂੰ ਕੂਚ ਕਰ ਰਹੇ ਸੀ ਕਿ ਅਸੀਂ ਵੀ ਜਾ ਕੇ ਆਪਣਾ ਹਿੱਸਾ ਪਾਈਏ, ਇੱਕ ਵਾਰੀ ਦਿੱਲੀ ਜਾ ਕੇ ਆਈਏ ਅਤੇ ਕਿਸਾਨ ਭਰਾਵਾਂ ਨੂੰ ਹੌਸਲਾ ਦੇਈਏ।